ਆ ਸੁਣਿਓ ਇੱਕ ਵਾਰ ਵੈਰੋਵਾਲ ਵੀਰ ਦੀ ਲਿਖੀ ਕਵਿਤਾ ਮੈਂ ਪੜ੍ਹਦਾ ਕੌਮ ਦਾ ਨੁਕਸਾਨ ਹੁੰਦਾ ਦੇਖ ਕੌਮੀ ਨੁਕਸਾਨ ਤੇਰੇ ਨਾਮ ਤੇ ਦੇਖ ਕੌਮੀ ਨੁਕਸਾਨ ਤੇਰੇ ਨਾਮ ਤੇ ਹੁੰਦਾ ਦੇਖ ਕੌਮੀ ਨੁਕਸਾਨ ਤੇਰੇ ਨਾਮ ਤੇ ਦੇਖ ਕੌਮੀ ਨੁਕਸਾਨ ਤੇਰੇ ਨਾਮ ਤੇ ਭੋਲੇ ਦੀ ਤੂੰ ਛੱਡ ਸ਼ਰੇਆਮ 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 ਤੇਰੇ ਨਾਮ ਤੇ ਹੁੰਦਾ ਦੇਖ ਕੌਮੀ ਨੁਕਸਾਨ 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 ਤੇਰੇ ਨਾਮ ਤੇ ਤੇਰੀ ਬਾਣੀ ਤੀਰਥਾਂ ਨੂੰ ਟਿੱਚ ਵੀ ਨਹੀਂ ਜਾਣਦੀ 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 ਦੇਖ ਹੁਣ ਹੁੰਦੇ ਇਸ਼ਨਾਨ ਤੇਰੇ ਨਾਮ ਦੇਖ ਹੁਣ ਹੁੰਦੇ ਇਸ਼ਨਾਨ ਤੇਰੇ ਨਾਮ ਤੇ ਦੇਖ ਹੁਣ ਹੁੰਦੇ ਇਸ਼ਨਾਨ ਤੇਰੇ ਨਾਮ ਤੇ ਦੇਖ ਹੁਣ ਹੁੰਦੇ ਇਸ਼ਨਾਨ ਤੇਰੇ ਨਾਮ ਤੇ ਜਿੱਥੇ ਨੀਵੀਂ ਜਾਤ ਦੀਆਂ ਪੰਗਤਾਂ ਅਲੱਗ ਨੇ ਜਿੱਥੇ ਨੀਵੀਂ ਜਾਤ ਦੀਆਂ ਪੰਗਤਾਂ ਅਲੱਗ ਨੇ ਜਿੱਥੇ ਛੋਟੀ ਜਾਤ ਦੀਆਂ ਪੰਗਤਾਂ ਅਲੱਗ ਨੇ ਜਿੱਥੇ ਛੋਟੀ ਜਾਤ ਦੀਆਂ ਪੰਗਤਾਂ ਅਲੱਗ ਨੇ ਇਹੋ ਜਿਹੇ ਬਣੇ ਗੁਰਧਾਮ ਤੇਰੇ ਨਾਮ ਤੇ 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 ਬਾਬਰਾ ਔਰੰਗਿਆਂ ਨੂੰ ਪਾਉਂਦਾ ਰਿਹੋ ਲਾਨਤਾ ਬਾਬਰਾ ਔਰੰਗਿਆਂ ਨੂੰ ਪਾਉਂਦਾ ਰਿਹੋ ਲਾਨਤਾ ਬਾਬਰਾ ਤੇ ਔਰੰਗਿਆਂ ਨੂੰ ਲਾਨਤਾਂ ਕਿਉਂ ਪਾਉਂਦੇ ਸੀ ਕਿਉਂਕਿ ਜਾਨ ਲੈਂਦੇ ਸੀ ਬੰਦੇ ਦੀ ਮਾਰਦੇ ਸੀ ਬੰਦੇ ਨੂੰ ਮਾਰਦੇ ਸੀ ਤਾਂ ਲਾਨਤਾਂ ਪਾਈਆਂ ਬਾਬੇ ਨੇ ਬਾਬਰਾ ਔਰੰਗਿਆਂ ਨੂੰ ਪਾਉਂਦਾ ਰਿਹੋ ਲਾਨਤਾਂ 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 ਸਿੱਖ ਤੇਰੇ ਲੈਂਦੇ ਹੁਣ ਜਾਨ ਤੇਰੇ ਨਾਮ ਤੇ 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 ਕਿਰਤ ਦਸਾਂ ਨੌਵਾਂ ਦੀ ਸਿਧਾਂਤ ਸੀ ਜੋ ਮੁੱਢਲਾ 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 ਮੰਗਦੇ ਨੇ ਬਾਬੇ ਹੁਣ ਦਾਨ ਤੇਰੇ ਨਾਮ ਤੇ 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 ਲੱਖ ਅਸੀਂ ਆਖੀਏ ਕਿ ਸਿੱਖ ਕੌਮ ਵੱਖਰੀ 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 ਵਿਕਦਾ ਪੁਜਾਰੀ ਦਾ ਸਮਾਨ ਤੇਰੇ ਨਾਮ ਵਿਕਦਾ ਪੁਜਾਰੀ ਦਾ ਸਮਾਨ ਤੇਰੇ ਨਾਮ ਤੇ ਵਿਕਦਾ ਪੁਜਾਰੀ ਦਾ ਸਮਾਨ ਤੇਰੇ ਨਾਮ ਵਿਕਦਾ ਪੁਜਾਰੀ ਦਾ ਸਮਾਨ ਤੇਰੇ ਨਾਮ ਤੇ ਵੈਰੋਵਾਲ ਕੌਣ ਇੱਥੇ ਨਾਨਕ ਨੂੰ ਜਾਣਦਾ 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 ਵੰਡਦੇ ਨੇ ਆਪਣਾ ਗਿਆਨ ਤੇਰੇ ਨਾਮ ਤੇ 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 ਭੋਲੇ ਦੀ ਤੂੰ ਛੱਡ ਸ਼ਰੇਆਮ ਤੇਰੇ ਨਾਮ ਤੇ ਭੋਲੇ ਦੀ ਤੂੰ ਛੱਡ ਸ਼ਰੇਆਮ ਤੇਰੇ ਨਾਮ ਤੇ ਭੋਲੇ ਦੀ ਤੂੰ ਛੱਡ ਸ਼ਰੇਆਮ ਤੇਰੇ ਨਾਮ ਤੇ
ਹੁੰਦਾ ਦੇਖ ਕੌਮੀ ਨੁਕਸਾਨ ਤੇਰੇ ਨਾਮ ਦੇਖ ਕੌਮੀ ਨੁਕਸਾਨ ਤੇਰੇ ਨਾਮ ਤੇ ਹੁੰਦਾ ਦੇਖ ਕੌਮੀ ਨੁਕਸਾਨ ਤੇਰੇ ਨਾਮ ਹੁੰਦਾ ਦੇਖ ਕੌਮੀ ਨੁਕਸਾਨ ਤੇਰੇ ਨਾਮ ਤੇ ਬੋਲੇ ਜੀ ਤੂੰ ਗੱਲ ਛੱਡ ਸ਼ਰਿਆਮ ਤੇਰੇ ਨਾਮ ਤੇ ਤੂੰ ਛੱਡ ਸ਼ਰਿਆਮ ਤੇਰੇ ਨਾਮ ਤੇ ਤੂੰ ਛੱਡ ਸ਼ਰਿਆਮ ਤੇਰੇ ਨਾਮ ਤੇ ਬੋਲੇ ਜੀ ਤੂੰ ਛੱਡ ਸ਼ਰਿਆਮ ਤੇਰੇ ਨਾਮ ਤੇ ਹੁੰਦਾ ਦੇਖ ਕੌਮੀ ਨੁਕਸਾਨ ਤੇਰੇ ਨਾਮ ਤੇ ਹੁੰਦਾ ਦੇਖ ਕੌਮੀ ਨੁਕਸਾਨ ਤੇਰੇ ਨਾਮ ਤੇ ਤੇਰੀ ਬਾਣੀ ਤੀਰ ਤੁਹਾਨੂੰ ਟਿੱਚ ਵੀ ਨਹੀਂ ਜਾਣਦੀ 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 ਦੇਖ ਹੁਣ ਉੱਤੇ ਇਸ਼ਨਾਨ ਤੇਰੇ ਨਾਮ ਦੇਖ ਹੁਣ ਹੁੰਦੇ ਇਸ਼ਨਾਨ ਤੇਰੇ ਨਾਮ ਤੇ ਦੇਖ ਹੁਣ ਹੁੰਦੇ ਇਸ਼ਨਾਨ ਤੇਰੇ ਨਾਮ ਤੇ ਦੇਖ ਹੁਣ ਹੁੰਦੇ ਇਸ਼ਨਾਨ ਤੇਰੇ ਨਾਮ ਤੇ ਹੁੰਦਾ ਦੇਖ ਕੌਮੀ ਨੁਕਸਾਨ ਤੇਰੇ ਨਾਮ ਹੁੰਦਾ ਦੇਖ ਕੌਮੀ ਨੁਕਸਾਨ ਤੇਰੇ ਨਾਮ ਤੇ ਹੁੰਦਾ ਦੇਖ ਕੌਮੀ ਨੁਕਸਾਨ ਤੇਰੇ ਨਾਮ ਤੇ ਹੁੰਦਾ ਦੇਖ ਕੌਮੀ ਨੁਕਸਾਨ ਤੇਰੇ ਨਾਮ ਤੇ ਹੁੰਦਾ ਦੇਖ ਕੌਮੀ ਨੁਕਸਾਨ ਤੇਰੇ ਨਾਮ ਹੁੰਦਾ ਦੇਖ ਕੌਮੀ ਨੁਕਸਾਨ ਤੇਰੇ ਨਾਮ ਅੱਜ ਵਰਤਿਆ ਕਿਹਦਾ ਜਾਂਦਾ ਜੀ ਗੁਰੂ ਸਾਹਿਬ ਦਾ ਨਾਮ ਪਰ ਗੁਰਬਾਣੀ ਚ ਕੀ ਦੱਸਿਆ ਤੇ ਸਾਨੂੰ ਕੀ ਦੱਸਿਆ ਸਾਨੂੰ ਸਿਰਫ ਤੇ ਸਿਰਫ ਗੁਰਬਾਣੀ ਦੀ ਮਹੱਤਤਾ ਨਹੀਂ ਦੱਸੀ ਜਾਂਦੀ ਬਾਹਰੀ ਕਰਮ ਕਾਂਡ ਕਰਵਾਏ ਜਾਂਦੇ ਪਰ ਜੋਗੀ ਨਾਲ ਗੱਲ ਕਰਦੇ ਹੋਏ ਮਹਾਰਾਜ ਕਹਿੰਦੇ ਫਿਰਦਾ ਰਹਿ ਭਟਕਦਾ ਜਿੱਥੇ ਮਰਜ਼ੀ ਨਹਾਲਾ ਜਿੰਨੇ ਮਰਜ਼ੀ ਤੀਰਥਾਂ ਤੇ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਉ ਲੱਥੀ ਨਾਤਿਆਂ ਦੋਏ ਪਾਚੜੀ ਇਸ ਹੋਰ ਮਹਾਰਾਜ ਅਸੀਂ ਕਿੱਥੇ ਨਹਾਈਏ ਫਿਰ ਸਿੱਖੋ ਨਹਾਈਏ ਕਿੱਥੇ ਮਹਾਰਾਜ ਕਹਿੰਦੇ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾ ਸਦਾ ਦਸਾ ਕਹਿੰਦੇ ਤੁਸੀਂ ਸਦਾ ਗਿਆਨ ਚ ਨਾਓ ਅਕਲ ਵਾਲੇ ਪਾਸੇ ਤੁਰਿਓ ਸਮਝ ਵਾਲੇ ਪਾਸੇ ਤੁਰਿਓ